ਕੱਲ੍ਹ ਇਹ ਕਸਬਾ ਭਗਤਾ ਭਾਈ ਦੇ ਵਿੱਚ ਚੱਕਰਵਾਤੀ ਤੂਫਾਨ ਨੇ ਜਿੱਥੇ ਭਾਰੀ ਤਬਾਹੀ ਮਚਾਈ, ਉੱਥੇ ਗੜੇਮਾਰੀ ਨੇ ਫਸਲਾਂ ਨੂੰ ਵੀ ਵੱਡਾ ਨੁਕਸਾਨ ਪਹੁੰਚਾ ਦਿੱਤਾ। ਇਸ ਚੱਕਰਵਾਤੀ ਤੂਫਾਨ ਨੇ ਜਿੱਥੇ ਬਹੁਤ ਵੱਡਾ ਨੁਕਸਾਨ ਕੀਤਾ, ਉੱਥੇ ਹੀ ਕਈ ਬਿਲਡਿੰਗਾਂ ਨੂੰ ਵੀ ਤਾਸ਼ ਦੇ ਪੱਤਿਆਂ ਵਾਂਗੂ ਖੜਾ ਦਿੱਤਾ, ਜਿਸ ਵਿੱਚ ਰਾਜ ਸਵਾਮੀ ਸਤਸੰਗ ਭਵਨ ਦੀ ਛੱਤ ਵੀ ਉੱਡ ਗਈ ਅਤੇ ਨਾਲ ਹੀ ਇੱਕ ਪੈਟਰੋਲ ਪੰਪ ਦਾ ਭਾਰੀ ਨੁਕਸਾਨ ਹੋਇਆ। ਨਾਲ ਹੀ ਇੱਕ ਸ਼ੈਲਰ ਦੀ ਗੱਲ ਕਰੀਏ ਤਾਂ ਕੋਠਾ ਗੁਰੂ ਰੋਡ ਉੱਪਰ ਸਥਿਤ ਇੱਕ ਸ਼ੈਲਰ ਦੀ ਪੂਰੀ ਛੱਤ ਹੀ ਉੱਡ ਗਈ ਅਤੇ ਸ਼ੈਲਰ ਨੂੰ ਭਾਰੀ ਨੁਕਸਾਨ ਪਹੁੰਚਿਆ, ਜਿਸ ਨਾਲ ਕਈ ਲੋਕ ਜ਼ਖਮੀ ਵੀ ਹੋਏ ਅਤੇ ਇੱਕ ਮਜ਼ਦੂਰ ਦੀ ਮੌਤ ਹੋਈ ਵੀ ਦੱਸੀ ਜਾ ਰਹੀ ਹੈ। ਨਾਲ ਹੀ ਜਿੱਥੇ ਇਸ ਚੱਕਰਵਾਤੀ ਤੂਫਾਨ ਨੇ ਕਈ ਗੱਡੀਆਂ ਨੂੰ ਵੀ ਗੋਤੇ ਲਵਾਏ, ਪਲਟੀਆਂ ਖਵਾਈਆਂ, ਨਾ ਦਰਖਤ ਵੀ ਕਾਫੀ ਪੱਟੇ ਗਏ ਅਤੇ ਪਸ਼ੂ ਪੰਛੀ ਵੀ ਭਾਰੀ ਗਿਣਤੀ ਵਿੱਚ ਮਾਰੇ ਗਏ ਹਨ। ਤੁਸੀਂ ਹੁਣ ਇਸ ਜੋ ਨੁਕਸਾਨ ਦਾ ਭਰਪਾਈ ਕਰ ਰਹੀ ਹੈ, ਗੌਰਮੈਂਟ ਇਸ ਦਾ ਆਕਲਨ ਕਰ ਰਹੀ ਹੈ, ਅਤੇ ਕੱਲ੍ਹ MLA ਬਲਕਾਰ ਵੀ ਉੱਥੇ ਪਹੁੰਚੇ, ਜਿਨ੍ਹਾਂ ਵੱਲੋਂ ਸਥਿਤੀ ਦਾ ਜਾਇਜ਼ਾ ਲਿੱਤਾ ਤਾਂ ਗਿਆ ਹੈ। ਹੁਣ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਦੱਸ ਦੇਣ ਕਿ ਉਹ ਇੱਥੇ 0 ਹਾਵਰ ਦੇ ਵਿੱਚ ਇਸ ਦੀ ਗੱਲ ਵੀ ਕਰਨਗੇ। ਨਾਲ ਹੀ ਲੋਕਾਂ ਦਾ ਕਹਿਣਾ ਹੈ ਕਿ ਸਥਿਤੀ ਬਹੁਤ ਹੀ ਖਰਾਬ ਹੈ, ਇਹ ਚੱਕਰਵਾਤੀ ਤੂਫਾਨ ਜੋ ਇੱਕਦਮ ਆਇਆ ਉਸਨੇ ਉੱਥੇ ਵੱਡੇ ਨੁਕਸਾਨ ਨੂੰ ਨੁਕਸਾਨ ਨਾਲ ਉੱਥੇ ਕਾਫੀ ਜ਼ਿਆਦਾ ਤਬਾਹੀ ਮੱਚੀ ਹੈ, ਜਿਸ ਕਰਕੇ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਨੁਕਸਾਨ ਦੀ ਭਰਪਾਈ ਸਰਕਾਰ ਕਿਸੇ ਤਰੀਕੇ ਨਾਲ ਕਰੇ ਅਤੇ ਉਹਨਾਂ ਨੂੰ ਫਿਲਹਾਲ ਕੁਛ ਨਾ ਕੁਛ ਜ਼ਰੂਰ ਗ੍ਰਾਂਟਾਂ ਦਿੱਤੀਆਂ ਜਾਣ ਤਾਂ ਜੋ ਉਹਨਾਂ ਦੇ ਨੁਕਸਾਨ ਦੀ ਭਰਪਾਈ ਹੋ ਜਾਵੇ, ਕਿਉਂਕਿ ਪੁੱਤਾਂ ਵਾਂਗੂ ਪਾਲੀ ਫਸਲ ਕਿਸਾਨਾਂ ਦੀ ਬਿਲਕੁਲ ਹੀ ਖਤਮ ਹੋ ਗਈ ਹੈ। ਹੁਣ ਦੇਖਣਾ ਹੋਵੇਗਾ ਕਿ ਸਰਕਾਰ ਵੱਲੋਂ ਇਸ ਦੀ ਸਥਿਤੀ ਦਾ ਕਿਵੇਂ ਜਾਇਜ਼ਾ ਲਿੱਤਾ ਜਾਂਦਾ ਹੈ, ਪਰ ਇਹ ਚੱਕਰਵਾਤੀ ਤੂਫਾਨ ਇੱਕ ਵੱਡਾ ਨੁਕਸਾਨ ਜ਼ਰੂਰ ਕਿਸਾਨਾਂ ਅਤੇ ਲੋਕਾਂ ਨੂੰ ਦੇ ਗਿਆ। ਕੈਮਰਾਮੈਨ ਸ਼ਿਵ ਸੋਨੀ ਨਾਲ ਉਮੇਸ਼ ਸਿੰਗਲਾ, ਰਾਮਪੁਰਾ ਫੂਲ। ਕੱਲ੍ਹ ਇਹ ਕਸਬਾ ਭਗਤਾ ਭਾਈ ਦੇ ਵਿੱਚ ਚੱਕਰਵਾਤੀ ਤੂਫਾਨ ਨੇ ਜਿੱਥੇ ਭਾਰੀ ਤਬਾਹੀ ਮਚਾਈ, ਉੱਥੇ ਗੜੇਮਾਰੀ ਨੇ ਫਸਲਾਂ ਨੂੰ ਵੀ ਵੱਡਾ ਨੁਕਸਾਨ ਪਹੁੰਚਾ ਦਿੱਤਾ। ਇਸ ਚੱਕਰਵਾਤੀ ਤੂਫਾਨ ਨੇ ਜਿੱਥੇ ਬਹੁਤ ਵੱਡਾ ਨੁਕਸਾਨ ਕੀਤਾ, ਉੱਥੇ ਹੀ ਕਈ ਬਿਲਡਿੰਗਾਂ ਨੂੰ ਵੀ ਤਾਸ਼ ਦੇ ਪੱਤਿਆਂ ਵਾਂਗੂ ਖੜਾ ਦਿੱਤਾ, ਜਿਸ ਵਿੱਚ ਰਾਜ ਸਵਾਮੀ ਸਤਸੰਗ ਭਵਨ ਦੀ ਛੱਤ ਵੀ ਉੱਡ ਗਈ ਅਤੇ ਨਾਲ ਹੀ ਇੱਕ ਪੈਟਰੋਲ ਪੰਪ ਦਾ ਭਾਰੀ ਨੁਕਸਾਨ ਹੋਇਆ। ਨਾਲ ਹੀ ਇੱਕ ਸ਼ੈਲਰ ਦੀ ਗੱਲ ਕਰੀਏ ਤਾਂ ਕੋਠਾ ਗੁਰੂ ਰੋਡ ਉੱਪਰ ਸਥਿਤ ਇੱਕ ਸ਼ੈਲਰ ਦੀ ਪੂਰੀ ਛੱਤ ਹੀ ਉੱਡ ਗਈ ਅਤੇ ਸ਼ੈਲਰ ਨੂੰ ਭਾਰੀ ਨੁਕਸਾਨ ਪਹੁੰਚਿਆ, ਜਿਸ ਨਾਲ ਕਈ ਲੋਕ ਜ਼ਖਮੀ ਵੀ ਹੋਏ ਅਤੇ ਇੱਕ ਮਜ਼ਦੂਰ ਦੀ ਮੌਤ ਹੋਈ ਵੀ ਦੱਸੀ ਜਾ ਰਹੀ ਹੈ। ਨਾਲ ਹੀ ਜਿੱਥੇ ਇਸ ਚੱਕਰਵਾਤੀ ਤੂਫਾਨ ਨੇ ਕਈ ਗੱਡੀਆਂ ਨੂੰ ਵੀ ਗੋਤੇ ਲਵਾਏ, ਪਲਟੀਆਂ ਖਵਾਈਆਂ, ਨਾ ਦਰਖਤ ਵੀ ਕਾਫੀ ਪੱਟੇ ਗਏ ਅਤੇ ਪਸ਼ੂ ਪੰਛੀ ਵੀ ਭਾਰੀ ਗਿਣਤੀ ਵਿੱਚ ਮਾਰੇ ਗਏ ਹਨ। ਤੁਸੀਂ ਹੁਣ ਇਸ ਜੋ ਨੁਕਸਾਨ ਦਾ ਭਰਪਾਈ ਕਰ ਰਹੀ ਹੈ, ਗੌਰਮੈਂਟ ਇਸ ਦਾ ਆਕਲਨ ਕਰ ਰਹੀ ਹੈ, ਅਤੇ ਕੱਲ੍ਹ MLA ਬਲਕਾਰ ਵੀ ਉੱਥੇ ਪਹੁੰਚੇ, ਜਿਨ੍ਹਾਂ ਵੱਲੋਂ ਸਥਿਤੀ ਦਾ ਜਾਇਜ਼ਾ ਲਿੱਤਾ ਤਾਂ ਗਿਆ ਹੈ। ਹੁਣ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਦੱਸ ਦੇਣ ਕਿ ਉਹ ਇੱਥੇ 0 ਹਾਵਰ ਦੇ ਵਿੱਚ ਇਸ ਦੀ ਗੱਲ ਵੀ ਕਰਨਗੇ। ਨਾਲ ਹੀ ਲੋਕਾਂ ਦਾ ਕਹਿਣਾ ਹੈ ਕਿ ਸਥਿਤੀ ਬਹੁਤ ਹੀ ਖਰਾਬ ਹੈ, ਇਹ ਚੱਕਰਵਾਤੀ ਤੂਫਾਨ ਜੋ ਇੱਕਦਮ ਆਇਆ ਉਸਨੇ ਉੱਥੇ ਵੱਡੇ ਨੁਕਸਾਨ ਨੂੰ ਨੁਕਸਾਨ ਨਾਲ ਉੱਥੇ ਕਾਫੀ ਜ਼ਿਆਦਾ ਤਬਾਹੀ ਮੱਚੀ ਹੈ, ਜਿਸ ਕਰਕੇ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਨੁਕਸਾਨ ਦੀ ਭਰਪਾਈ ਸਰਕਾਰ ਕਿਸੇ ਤਰੀਕੇ ਨਾਲ ਕਰੇ ਅਤੇ ਉਹਨਾਂ ਨੂੰ ਫਿਲਹਾਲ ਕੁਛ ਨਾ ਕੁਛ ਜ਼ਰੂਰ ਗ੍ਰਾਂਟਾਂ ਦਿੱਤੀਆਂ ਜਾਣ ਤਾਂ ਜੋ ਉਹਨਾਂ ਦੇ ਨੁਕਸਾਨ ਦੀ ਭਰਪਾਈ ਹੋ ਜਾਵੇ, ਕਿਉਂਕਿ ਪੁੱਤਾਂ ਵਾਂਗੂ ਪਾਲੀ ਫਸਲ ਕਿਸਾਨਾਂ ਦੀ ਬਿਲਕੁਲ ਹੀ ਖਤਮ ਹੋ ਗਈ ਹੈ। ਹੁਣ ਦੇਖਣਾ ਹੋਵੇਗਾ ਕਿ ਸਰਕਾਰ ਵੱਲੋਂ ਇਸ ਦੀ ਸਥਿਤੀ ਦਾ ਕਿਵੇਂ ਜਾਇਜ਼ਾ ਲਿੱਤਾ ਜਾਂਦਾ ਹੈ, ਪਰ ਇਹ ਚੱਕਰਵਾਤੀ ਤੂਫਾਨ ਇੱਕ ਵੱਡਾ ਨੁਕਸਾਨ ਜ਼ਰੂਰ ਕਿਸਾਨਾਂ ਅਤੇ ਲੋਕਾਂ ਨੂੰ ਦੇ ਗਿਆ। ਕੈਮਰਾਮੈਨ ਸ਼ਿਵ ਸੋਨੀ ਨਾਲ ਉਮੇਸ਼ ਸਿੰਗਲਾ, ਰਾਮਪੁਰਾ ਫੂਲ।